संतवर के पवित्र शब्द की वरतों अजकल कुछ पखंडी संतां वालों की जा रही है। इन्हां पखंडी संतां दी किस्मां दी व्याख्या कोकी थांदी ने इंज कीती है। ਐਤਕੀ ਮਰਦਮ ਸ਼ੁਮਾਰੀ ਵਿੱਚ ਇੱਕ ਨਵਾਂ ਕਾਲਮ ਬਣਾਈਏ, ਮਨਮੋਹਨ ਸਿੰਘ ਜੀ ਨੂੰ ਕਹਿ ਕੇ ਗਿਣਤੀ ਸੰਤਾਂ ਦੀ ਕਰਵਾਈਏ, ਹਿੰਦੁਸਤਾਨ ਦੀ ਥਾਂ ਤੇ ਫਿਰ ਇਹਨੂੰ ਸੰਤ ਸਥਾਨ ਬਣਾਈਏ। ਹੋ ਸੰਤਾਂ ਦੇ ਪੱਗ ਫਿਰਦੇ ਕੀਦੇ ਪੈਰੀ ਹੱਥ ਲਾਈਏ, ਹੋ ਸੰਤਾਂ ਦੇ ਪੱਗ ਫਿਰਦੇ ਕੀਦੇ ਪੈਰੀ ਹੱਥ ਲਾਈਏ, ਕੀਦੇ ਪੈਰੀ ਹੱਥ ਲਾਈਏ, ਹੋ ਸੰਤਾਂ ਦੇ ਪੱਗ ਫਿਰਦੇ। ਗੰਨ ਮਹੀਨਾ ਵਾਲੇ ਸੰਤਾਂ ਨੇ ਕੀ ਭਲਾ ਕਿਸੇ ਦਾ ਕਰਨਾ, ਬਈ ਜੇਕਰ ਕਰਦੇ ਭਜਨ ਬੰਦਗੀ, ਹੋ ਜੇਕਰ ਕਰਦੇ ਭਜਨ ਬੰਦਗੀ ਕਿਉਂ ਮੌਤ ਤੋਂ ਡਰਨਾ, ਹੋ ਸਕੇ ਤਾਂ ਇਹਨਾਂ ਕੋਲੋਂ ਆਪਣਾ ਆਪ ਬਚਾਈਏ। ਹੋ ਸੰਤਾਂ ਦੇ ਪੱਗ ਫਿਰਦੇ ਕੀਦੇ ਪੈਰੀ ਹੱਥ ਲਾਈਏ, ਹੋ ਸੰਤਾਂ ਦੇ ਪੱਗ ਫਿਰਦੇ ਕੀਦੇ ਪੈਰੀ ਹੱਥ ਲਾਈਏ, ਕੀਦੇ ਪੈਰੀ ਹੱਥ ਲਾਈਏ, ਹੋ ਸੰਤਾਂ ਦੇ ਪੱਗ ਫਿਰਦੇ। ਕਿਤੇ ਵਾਲਾ ਕੋਈ ਕਿਤੇ ਵਾਲਾ, ਕੋਈ ਠਰਕ ਡੇਰੇ ਵਿੱਚ ਭੋਰੀ ਜਾਂਦਾ, ਕੋਈ ਦੇਵੇ ਮੁੰਡੇ ਕੋਈ ਕਰੇ ਟੂਣੇ, ਹਰ ਕੋਈ ਤੋਰੀ ਫੁਲਕਾ ਤੋਰੀ ਜਾਂਦਾ, ਹੋ ਚੋਰ ਵੀ ਚੋਰੀ ਕਰਕੇ ਖਾਂਦਾ, ਰੱਬ ਦੇ ਨਾਂ ਤੇ ਨਾ ਖਾਈਏ। ਹੋ ਸੰਤਾਂ ਦੇ ਪੱਗ ਫਿਰਦੇ ਕੀਦੇ ਪੈਰੀ ਹੱਥ ਲਾਈਏ, ਹੋ ਸੰਤਾਂ ਦੇ ਪੱਗ ਫਿਰਦੇ ਕੀਦੇ ਪੈਰੀ ਹੱਥ ਲਾਈਏ, ਕੀਦੇ ਪੈਰੀ ਹੱਥ ਲਾਈਏ, ਹੋ ਸੰਤਾਂ ਦੇ ਪੱਗ ਫਿਰਦੇ। ਖਾਤਰ ਪਰਿਵਾਰ ਬਾਰ ਤੇ ਸੰਤ ਨਾ ਕਿਸੇ ਕਹਾਇਆ, ਬਈ ਕੌਣ ਦੱਸੇ ਬਾਬੇ ਨਾਨਕ ਨੇ, ਹੋ ਕੌਣ ਦੱਸੇ ਬਾਬੇ ਨਾਨਕ ਨੇ ਆਪ ਹੱਥੀ ਹਲਵਾਇਆ। ਕੋਗੀ ਦਾ ਗੁਰੂ ਗ੍ਰੰਥ ਸਾਹਿਬ ਹੈ, ਉਹਨੂੰ ਸੀਸ ਨਵਾਈਏ। ਹੋ ਸੰਤਾਂ ਦੇ ਪੱਗ ਫਿਰਦੇ ਕੀਦੇ ਪੈਰੀ ਹੱਥ ਲਾਈਏ, ਹੋ ਸੰਤਾਂ ਦੇ ਪੱਗ ਫਿਰਦੇ ਕੀਦੇ ਪੈਰੀ ਹੱਥ ਲਾਈਏ, ਕੀਦੇ ਪੈਰੀ ਹੱਥ ਲਾਈਏ, ਹੋ ਸੰਤਾਂ ਦੇ ਪੱਗ ਫਿਰ।